खबर लेने अमृतसर तो जिथे अमृतसर दे वार्ड नंबर 41 दी वार्ड इंचार्ज कमलजीत कौर अते बलविंदर सिंह दी अगुवाई च वार्ड च लोकां नूं रोजगार संबंधी सरकारी स्कीमां दी जानकारी देण अते वार्ड च आ रहीआं होर समस्यावां दे हल लई मीटिंग कीती गई। इस ते बीजेपी इक मौके सिटी प्रधान हरविंदर सिंह पंजाब महिला मंडल दी शरूति विज विशेष तौर ते पहुंचे। पंजाब हुनर विकास मिशन दे राजेश कुमार ने लोकां नूं दस्सिआ कि सरकार 18 तो 35 साल तक दे लड़के लड़कियां नूं मुफ्त कोर्स करवाए जा रहे ने अते कोर्स पूरा होण तो बाद हर किसी नूं कंपनियां विच नौकरी दिवाउण लई मदद कीती जांदी है। जेकर कोई अपना कारोबार शुरू करना चाहुंदा है तां उस नूं सरकार तो कर्जा दिवाउण विच भी मदद कीती जांदी है। इस मौके कमलजीत कौर ने दस्सिया कि इह मीटिंग इस लई कीती गई है तां जो उन्हां दे वार्ड दीआं औरतां इस कोर्स दा वध तो वध लाभ लै सकण अते आर्थिक तौर ते मजबूत हो सकण। इस मौके ਹੋਰ ਉਹਨਾਂ ਨੇ ਕੀ ਕਿਹਾ, ਆਓ ਮਾਰਦੇ ਆ ਪੂਰੀ ਖਬਰ ਤੇ ਨਜ਼ਰ। ਮੈਂ ਕਮਲਜੀਤ ਕੌਰ ਹੈਗਾ ਔਰ ਮੈਂ ਮਹਿਲਾ ਮੋਰਚਾ ਦੀ ਸੈਕਟਰੀ ਹੈਗੀ ਆ, ਸੈਕਟਰੀ ਇਨ ਮਹਿਲਾ ਮੋਰਚਾ ਐਸ ਵੈਲ ਐਸ ਮੈਂ ਆਪਣੇ 41 ਨੰਬਰ ਵਾਰਡ ਦੀ ਇੰਚਾਰਜ ਹੈ। ਅੱਜ ਜਿਹੜਾ ਸਰਕਾਰੀ ਅੱਜ ਅਸੀਂ ਡੀਸੀ ਆਫਿਸ ਤੋਂ ਆਫਿਸਰਸ ਨੂੰ ਬੁਲਾਇਆ ਸੀ ਜਿਨ੍ਹਾਂ ਨੇ ਸਾਡੀਆਂ ਜਿਹੜੀਆਂ ਅੱਜ ਮਹਿਲਾਵਾਂ ਇੱਥੇ ਕਾਫੀ ਜ਼ਿਆਦਾ ਮਾਤਰਾ ਵਿੱਚ ਇਕੱਤਰਿਤ ਹੋਈਆਂ ਸੀ। ਮੈਂ ਉਹਨਾਂ ਨੂੰ ਸਪੈਸ਼ਲੀ ਇਸੇ ਲਈ ਬੁਲਾਇਆ ਸੀ ਕਿ ਤੁਸੀਂ ਆਓ ਤੇ ਤੁਹਾਨੂੰ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਇਹਨਾਂ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ। ਤੇ ਸਰ ਉਹਨਾਂ ਨੇ ਆ ਕੇ ਉਹਨਾਂ ਨੇ ਬਹੁਤ ਸਾਰੀਆਂ ਸਕੀਮਾਂ ਦੇ ਬਾਰੇ ਇਹਨਾਂ ਸਾਰੀਆਂ ਮਾਤਮਾ ਭੈਣਾਂ ਦੇ ਨਾਲ ਡਿਸਕਸ ਕੀਤਾ ਤੇ ਉਹ ਕਾਫੀ ਖੁਸ਼ ਹੋਈਆਂ ਇਹ ਸਾਰੀਆਂ ਸਕੀਮਾਂ ਨੂੰ ਲੈ ਕੇ। ਔਰ ਸਭ ਤੋਂ ਵੱਡੀ ਗੱਲ ਹੈ ਸਕੀਮਾਂ ਵਿੱਚ ਤੁਸੀਂ ਐਡਮਿਸ਼ਨ ਕਰਕੇ ਮਤਲਬ ਟੋਟਲੀ ਫ੍ਰੀ ਆ, ਕੋਈ ਚਾਰਜਸ ਨਹੀਂ ਹੈਗਾ। ਔਰ ਦੂਸਰੀ ਗੱਲ ਆ ਜਿਹੜੇ ਇਹਨਾਂ ਦੇ ਸਰਟੀਫਿਕੇਟਸ ਆ ਇਹ ਸਿਰਫ ਆਪਣੇ ਪੰਜਾਬ ਜਾਂ ਇੰਡੀਆ 'ਚ ਹੀ ਨਹੀਂ ਵੈਲਿਡ ਆ ਤੇ ਬੜਾ ਅੱਛਾ ਲੱਗਿਆ ਕਿ ਵਰਲਡ ਦੇ ਵੀ ਲੈਵਲ ਤੇ ਵੀ ਇਹ ਜਿਹੜੇ ਸਰਟੀਫਿਕੇਟਸ ਆ ਉਹ ਵੈਲਿਡ ਆ। ਜਿਹੜੀ ਅਸੀਂ ਸੇਵਾਵਾਂ ਆਲਰੇਡੀ ਅਸੀਂ ਆਪਣੇ 41 ਨੰਬਰ ਵਾਰਡ ਵਿੱਚ ਆਲਰੇਡੀ ਅਸੀਂ ਕਰ ਰਹੇ ਹਾਂ, ਬਟ ਇਹ ਇੱਕ ਸਾਡੇ ਲਈ ਬਹੁਤ ਐਡੀਸ਼ਨਲ ਚੀਜ਼ ਹੋ ਗਈ। ਇਹਦਾ ਸਾਨੂੰ ਕੀ ਬੈਨੀਫਿਟ ਆ ਕਿ ਜਿਹੜੀਆਂ ਸਾਡੀਆਂ ਮਾਤਮਾ ਭੈਣਾਂ ਜਿਹੜੀਆਂ ਘਰ ਦੇ ਵਿੱਚ ਬੈਠੀਆਂ, ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਐਜੂਕੇਸ਼ਨ ਦਾ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਜ਼ਿਆਦਾ ਕੁਆਲੀਫਾਈਡ ਹੋਣੇ ਚਾਹੀਦੇ। ਇਹਦੇ ਵਿੱਚ ਜਿਹੜੀ ਅਨਪੜ੍ਹ ਲੇਡੀ ਹੈਗੀ ਆ ਉਹ ਵੀ ਮਤਲਬ ਪਾਰਟਿਸਪੇਟ ਕਰ ਸਕਦੀ ਆ। ਤੇ ਮੇਰਾ ਇੱਕੋ ਹੀ ਪਰਪਸ ਹੈਗਾ ਕਿ ਮੇਰੀ ਵਾਰਡ ਦੀਆਂ ਜਿਹੜੀਆਂ ਭੈਣਾਂ ਹੈਗੀਆਂ ਉਹ ਫਾਈਨੈਂਸ਼ਲੀ ਤੌਰ ਦੇ ਉੱਤੇ ਜਿਹੜੀਆਂ ਹੈਗੀਆਂ ਉਹ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ। ਤੇ ਅਸੀਂ ਇਹ ਸਟੈਪ ਇਹਦੇ ਅਕੋਰਡਿੰਗ ਹੀ ਚੱਕਿਆ ਹੈਗਾ ਤਾਂ ਕਿ ਉਹਨਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਅਸੀਂ ਪਹੁੰਚਾ ਸਕੀਏ ਤੇ ਉਹ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਲੈ ਕੇ ਆਪਣੀ ਲਾਈਫ ਵਿੱਚ ਇਹ ਸਾਰੇ ਕੋਰਸਿਸ ਕਰਕੇ ਇੰਪਲੀਮੈਂਟ ਕਰਕੇ ਤੇ ਉਹ ਇੱਕ ਅੱਛੀ ਅਰਨਿੰਗ ਕਰਨ ਤਾਂ ਕਿ ਅਸੀਂ ਆਪਣੇ ਸਮਾਜ ਦਾ ਵਧੀਆ ਸੁਧਾਰ ਕਰ ਸਕੀਏ। ਪਿੰਗ ਪਰਪਸ ਆਪਣਾ ਨਾਮ ਦੱਸ ਕੇ ਦੱਸ ਦੋ ਵੀ ਜਿਹੜੀ ਸਕੀਮ ਬਾਰੇ ਜਾਣ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਜੇਸ਼ ਹੈ ਜੀ ਤੇ ਪੀਐਸਜੀਆਂ ਵੱਲੋਂ ਮੈਂ ਵਿਭਾਗ ਵੱਲੋਂ ਡੀਸੀ ਦਫ਼ਤਰ ਵੱਲੋਂ ਆਇਆ ਵਾਂ ਜੀ। ਮੈਂ ਬੇਨਤੀ ਸਾਰਿਆਂ ਨੂੰ ਇਹੀ ਕਰਨਾ ਚਾਹਾਂਗਾ ਜੀ, ਸਾਡੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਕੋਰਸ ਕਰਾਏ ਜਾਂਦੇ ਹਨ ਜਿਨ੍ਹਾਂ ਲੜਕੇ ਲੜਕੀਆਂ ਦੀ ਉਮਰ 18 ਤੋਂ ਲੈ ਕੇ 35 ਸਾਲ ਤੱਕ ਹੈ, ਉਹਨਾਂ ਵਾਸਤੇ ਇਹ ਕੋਰਸ ਬਿਲਕੁਲ ਫ੍ਰੀ ਹਨ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਹਾਂ ਕਿ ਸਾਡੇ ਆਂਢ ਗੁਆਂਢ ਵਿੱਚ, ਸਾਡੇ ਪਰਿਵਾਰ ਵਿੱਚ ਜੇ ਕੋਈ ਵੀ ਬੱਚਾ ਜਾਂ ਨੌਜਵਾਨ ਫ੍ਰੀ ਬੈਠਾ ਹੈ ਪਰ ਕੋਈ ਕੰਮ ਨਹੀਂ ਕਰ ਰਿਹਾ ਤਾਂ ਉਹ ਸਾਡੇ ਇਹ ਕੋਰਸਾਂ ਦਾ ਵੱਧ ਤੋਂ ਵੱਧ ਲਾਹਾ ਲੈਣ, ਕਿਉਂਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਚੱਲ ਰਹੇ ਹਨ। ਇਹਨਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਅਸੀਂ ਬੱਚਿਆਂ ਨੂੰ, ਉਹ ਨੌਜਵਾਨਾਂ ਨੂੰ, ਉਮੀਦਵਾਰਾਂ ਨੂੰ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਦੇ ਨੌਕਰੀਆਂ 'ਤੇ ਲਗਵਾਉਂਦੇ ਹਾਂ। ਅਤੇ ਜੇ ਕੋਈ ਨੌਜਵਾਨ ਜਾਂ ਕੋਈ ਲੜਕੀ ਕੋਰਸ ਕਰਨ ਤੋਂ ਬਾਅਦ ਆਪਣਾ ਰੋਜ਼ਗਾਰ ਕਰਨਾ ਚਾਹੁੰਦੀ ਹੈ, ਸਵੈ ਰੋਜ਼ਗਾਰ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਲੋਨ ਦਿਵਾਉਣ ਵਿੱਚ ਵੀ ਉਸਦੀ ਮਦਦ ਕੀਤੀ ਜਾਂਦੀ ਹੈ। ਬਹੁਤ ਬਹੁਤ ਧੰਨਵਾਦ। ਮੇਰਾ ਦੌਰ ਸ਼ੁਰੂ ਕੀਤਾ ਜੀ, ਮੇਰੇ ਨਾਲ ਇਸ ਮੰਡਲ ਦੇ ਅਧਿਆਕਸ਼ ਵੀ ਬੈਠੇ ਨੇ, ਰਮਨ ਰਾਠੌਰ ਜੀ ਸਾਡੇ ਅਧਿਆਕਸ਼ਾ ਨੇ, ਮਹਿਲਾ ਮੋਰਚਾ ਦੇ ਸ਼ਰੂਤੀ ਬਿੱਜ ਜੀ, ਸਲੀਲ ਕਪੂਰ ਜੀ, ਸੌਰਭ ਜੀ, ਸਾਰੇ ਸਾਡੇ ਮੰਡਲ ਦੇ ਅਤੇ ਇਸ ਵਾਰਡ ਦੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਯੋਜਿਤ ਕੀਤਾ, ਕਮਲਜੀਤ ਕੌਰ ਜੀ ਅਤੇ ਬਲਵਿੰਦਰ ਬਾਜੀ। ਦੇਖੋ, ਸਾਡਾ ਬੀਜੇਪੀ ਦਾ ਇੱਕ ਟੀਚਾ ਹੈ ਘਰ ਘਰ ਤੱਕ ਬੀਜੇਪੀ ਦਾ ਜਿਹੜੀਆਂ ਦਿੱਤੀਆਂ ਹੋਈਆਂ ਸਹੂਲਤਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਦੁਆਰਾ ਘਰ ਘਰ ਦੱਸਣੀਆਂ, ਕਿਉਂਕਿ ਦੇਖੋ ਪ੍ਰਧਾਨ ਮੰਤਰੀ ਜੀ ਦੁਆਰਾ ਸਹੂਲਤਾਂ ਦਿੱਤੀਆਂ ਜਾਂਦੀਆਂ, ਪੰਜਾਬ ਗੌਰਮੈਂਟ ਉਹਨੂੰ ਇੰਪਲੀਮੈਂਟ ਨਹੀਂ ਕਰਦੇ। ਭਾਵੇਂ ਸਾਡੀ ਆਯੁਸ਼ਮਾਨ ਯੋਜਨਾ ਜਿਹਦੇ ਵਿੱਚ ਹੈਲਥ ਮੈਡੀਕਲ ਦੀ ਸਕੀਮ ਸੀਗੀ, ਉਹ ਵੀ ਪੰਜਾਬ ਗੌਰਮੈਂਟ ਨੇ ਇੱਥੇ ਸਹੂਲਤ ਨਹੀਂ ਦੇ ਰਹੀ। ਕਈ ਸਹੂਲਤਾਂ ਨੇ ਜਿਹੜੀਆਂ ਪੰਜਾਬ ਗੌਰਮੈਂਟ, ਜਿਹੜੀ ਸੈਂਟਰ ਗੌਰਮੈਂਟ ਦੀਆਂ ਆਈਆਂ ਸਕੀਮਾਂ ਨਹੀਂ ਦੇ ਰਹੀ। ਸੋ ਮੈਂ ਸਮਝਦਾ ਸਾਨੂੰ ਘਰ ਘਰ ਜਾ ਕੇ ਇਹ ਅਵੇਅਰ ਕਰਨਾ ਪਏਗਾ ਹਰ ਇੱਕ ਵਿਅਕਤੀ ਨੂੰ, ਜੋ ਜੋ ਸੈਂਟਰ ਦੀਆਂ ਸਕੀਮਾਂ ਆ ਰਹੀਆਂ ਸਾਡੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਕਿਉਂਕਿ ਹੁਣ ਇੱਕੋ ਹੀ ਸਾਡੀ ਆਸ ਹੈਗੀ ਹੈ, ਉਹ ਭਾਰਤੀ ਜਨਤਾ ਪਾਰਟੀ, ਕਿਉਂਕਿ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ, ਝੂਠ ਬੋਲ ਕੇ ਸਰਕਾਰ ਬਣਾਈ ਸੀ ਸਾਡੀਆਂ ਭੈਣਾਂ। ਦੇਖੋ, ਇਹ ਭੈਣਾਂ ਦਾ ਪ੍ਰੋਗਰਾਮ ਹੈ,
ਭੈਣਾਂ ਨੂੰ ਇਹਨਾਂ ਨੇ ਇੱਕ ਝੂਠ ਬੋਲਿਆ ਸੀ ਕਿ ਤੁਹਾਨੂੰ 1000 ਰੁਪਇਆ ਆਪਾਂ ਹਰ ਭੈਣ ਨੂੰ ਉਹਦੇ ਖਾਤੇ 'ਚ ਪਾਵਾਂਗੇ। ਅਸੀਂ ਤੁਹਾਡੇ ਸਾਹਮਣੇ ਪੁੱਛਿਆ, ਇੱਕ ਵੀ ਭੈਣ ਨੂੰ 1000 ਰੁਪਏ ਦਾ ਇਹ ਤੋਹਫਾ ਨਹੀਂ ਮਿਲਿਆ। ਪਿਛਲਾ ਜਿਹੜਾ ਬਜਟ ਇਹਨਾਂ ਦਾ ਆਇਆ ਸੀ, ਸਾਨੂੰ ਉਮੀਦ ਸੀ ਕਿ ਸ਼ਾਇਦ ਇਸ ਬਜਟ ਦੇ ਵਿੱਚ ਭੈਣਾਂ ਨੂੰ ਜੋ ਇਹਨਾਂ ਨੇ ਕੀਤਾ ਵਾਅਦਾ ਆ ਉਹ ਕਰਨਗੇ ਪੂਰਾ, ਉਹ ਵੀ ਨਹੀਂ ਕੀਤਾ। ਆਉਣ ਵਾਲਾ ਜਿਹੜਾ ਨਗਰ ਨਿਗਮ ਦਾ ਚੁਣਾਵ ਆ, ਮੈਂ ਕਿਉਂਕਿ ਮੁੱਖ ਸੇਵਾਦਾਰ ਹਾਂ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦਾ, ਮੈਂ ਹਰ ਵਾਰਡ ਦੇ ਵਿੱਚ ਜਾ ਰਿਹਾ। ਜਿਹੜਾ ਯੋਗਿਆ ਕੈਂਡੀਡੇਟ ਹੋਊਗਾ ਅਸੀਂ ਉਹਨੂੰ ਟਿਕਟ ਦੇਵਾਂਗੇ, ਔਰ ਮੇਰਾ ਵਾਅਦਾ ਕਰਦਾ ਮੈਂ ਤੁਹਾਡੇ ਨਾਲ ਕਿ ਜਿਹੜਾ ਮੇਅਰ ਬਣੇਗਾ ਅੰਮ੍ਰਿਤਸਰ ਦਾ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।